ਤਾਂ ਬੇਹੱਦ ਵੱਡਾ ਝਗੜਾ ਹੋਇਆ ਏ ਦੋ ਪਰਿਵਾਰਾਂ ਦੇ ਵਿੱਚ। ਭਤੀਜਿਆਂ ਅਤੇ ਭਰਾ ਦੇ ਵੱਲੋਂ ਭੂਆ ਅਤੇ ਫੁੱਫੜ ਤੇ ਹਮਲਾ ਕੀਤਾ ਗਿਆ ਏ। ਦਰਅਸਲ ਇਹ ਹਮਲਾ ਆਪਣੇ ਪਿਤਾ ਦੇ ਘਰ ਤੇ ਕਬਜ਼ੇ ਨੂੰ ਲੈ ਕੇ ਹੋਇਆ ਏ। ਦਰਅਸਲ ਦੋਨੇ ਪਰਿਵਾਰ ਆਪਣੇ ਪਿਤਾ ਦੇ ਯਾਨੀ ਕਿ ਕੁੜੀ ਅਤੇ ਉਸਦਾ ਪਤੀ ਅਤੇ ਇਧਰੋਂ ਭਰਾ ਉਸਦੇ ਬੱਚੇ ਅਤੇ ਉਸਦੀ ਪਤਨੀ ਪਿਤਾ ਦੇ ਮਕਾਨ ਦੇ ਉੱਤੇ ਪਿਤਾ ਦੇ ਘਰ ਉੱਤੇ ਆਪਣਾ ਹੱਕ ਦੱਸਦੇ ਨੇ। ਬਸ ਇਸੇ ਚੀਜ਼ ਨੂੰ ਲੈ ਕੇ ਵਾਰ ਵਾਰ ਲੜਾਈਆਂ ਹੁੰਦੀਆਂ ਨੇ ਅਤੇ ਆਕਾ ਬੀਤੇ ਦਿਨ ਵੀ ਇਹ ਲੜਾਈ ਹੋਈ ਹੈ। ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤੇ ਗਏ ਨੇ, ਲੋਕ ਜ਼ਖਮੀ ਹੋਏ ਨੇ, ਆਪਣਿਆਂ ਵੱਲੋਂ ਆਪਣਿਆਂ ਦਾ ਖੂਨ ਡੋਲਿਆ ਗਿਆ ਏ। ਇੱਕ ਦੂਜੇ ਦਾ ਜਾਨ ਦੇ ਦੁਸ਼ਮਣ ਬਣ ਗਏ ਸੀ ਦੋਨੇ ਪਰਿਵਾਰ। ਦਰਅਸਲ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਇਹ ਸਾਰੀ ਗੱਲਬਾਤ ਹੋਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਿਰੋਜ਼ਪੁਰ ਦੀਆਂ, ਜਿੱਥੇ ਜਾਨਲੇਵਾ ਹਮਲਾ ਹੋਇਆ ਇੱਕ ਪਰਿਵਾਰ 'ਤੇ। ਹਮਲਾ ਕਰਨ ਵਾਲਾ ਹੋਰ ਕੋਈ ਨਹੀਂ, ਔਰਤ ਦਾ ਭਰਾ ਸੀ ਯਾਨੀ ਕਿ ਬੱਚਿਆਂ ਦਾ ਮਾਮਾ ਸੀ। ਮਾਮੇ ਦੇ ਵੱਲੋਂ ਆਪਣੀ ਭੈਣ ਅਤੇ ਜੀਜੇ ਦੇ ਘਰ 'ਤੇ ਹਮਲਾ ਕੀਤਾ ਗਿਆ ਏ ਅਤੇ ਭਤੀਜੇ ਵੀ ਇਸ ਹਮਲੇ ਦੇ ਵਿੱਚ ਸ਼ਾਮਲ ਸਨ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਇਹ ਵਾਰਦਾਤ ਹੋਈ ਹੈ। ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਕਿ ਕਿਵੇਂ ਇੱਕ ਦੂਜੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ। ਦਵਾਈ ਲਾਉਣ ਗਏ ਤੇ ਪੁੱਛਣ ਵੀ ਗਏ ਸੀ ਕਿੱਥਾ ਗਾ ਸਾਡੇ ਤੇ ਹਮਲਾ ਕਰ ਦਿੱਤਾ ਸਾਰੇ ਦੇ ਮੁੰਡਿਆਂ ਨੇ ਜੀ, ਸੋਨਾ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਆਪਣੇ ਕਰਨੈਲ ਸਿੰਘ, ਬੂਟਾ ਸਿੰਘ ਤੇ ਭਜਨ ਸਿੰਘ। ਤੋੜ ਦੇ ਮੇਰੇ ਘਰ ਦੇ ਸਾਰਾ ਤੋੜ ਭੰਨ ਕਰਕੇ ਮੇਰੇ ਘੋੜੇ ਨੇ ਵੀ ਉਹਨਾਂ ਤੋੜ ਭੰਨ ਕਰ ਦਿੱਤੀ ਤਾਂ ਬਹੁਤ ਜਾਨੀ ਨੁਕਸਾਨ। ਛੱਤਾਂ ਤੇ ਚੜੇ, ਛੱਤਾਂ ਤੇ ਚੜ ਕੇ ਮੇਰੇ ਸਾਰਾ ਡਾਂਗਾ ਮਾਰਦੇ ਰਹੇ ਨੇ, ਸਾਨੂੰ ਕੁੱਟਦੇ ਮਾਰਦੇ ਰਹੇ ਨੇ, ਵੱਟੇ ਚਲਾਏ ਨੇ ਉਹਨਾਂ ਜੀ, ਪੱਥਰ ਚਲਾਏ ਨੇ ਜੀ। ਉਹਨਾਂ ਕੋਲ ਤੇਜ਼ ਤਿਆਰ ਹੈਗੇ ਤੁਹਾਡੇ ਸਾਲੇ ਦੇ ਮੁੰਡਿਆਂ ਨੇ, ਉਹਨਾਂ ਸਾਨੂੰ ਸੱਟਾਂ ਮਾਰੀਆਂ ਨੇ ਜੀ ਤੇ ਅਸਤੇ ਉੱਥੇ ਪੁਲਿਸ ਆਈ ਹੈ। ਸਾਨੂੰ ਪੁਲਿਸ ਨੇ ਅੰਦਰ ਸਾਨੂੰ ਤਾੜਿਆ ਸੀ ਤੇ ਪਹਿਲਾਂ ਤਾੜ ਕੇ ਤੇ ਫਿਰ ਉਹਨਾਂ ਸਾਨੂੰ ਪੁਲਿਸ ਵਾਲਿਆਂ ਨੇ ਅੰਦਰੋਂ ਬਾਹਰ ਕੱਢਿਆ ਜੀ, ਬਾਹਰ ਕੱਢ ਕੇ ਲੈ ਕੇ ਗਏ ਤੇ ਉਹਨਾਂ ਫਿਰ ਆਪਦੀ ਕਸਟਡੀ 'ਚ ਰੱਖ ਕੇ ਤੇ ਉਲਟਾ ਸਾਡੇ 'ਤੇ ਪਰਚਾ ਕਰ ਦਿੱਤਾ ਜੀ। ਹੁਣ ਕੀ ਮੰਗ ਹੈ ਤੁਹਾਡੀ? ਹੁਣ ਸਾਨੂੰ ਇਨਸਾਫ਼ ਦੀ ਮੰਗ ਹੈ, ਸਾਨੂੰ ਘਰ ਮਿਲਣਾ ਚਾਹੀਦਾ ਜੀ, ਸਾਡੀ ਤੋੜ ਪੰਨ ਵੀ ਜਿਹੜੀ ਉਹ ਸਾਨੂੰ ਪਰਚਾ ਹੋਣਾ ਚਾਹੀਦਾ ਜੀ। ਜਿਹੜਾ ਸਾਡਾ ਗੱਡੀਆਂ ਦਾ ਨੁਕਸਾਨ ਘੋੜੇ ਦਾ ਕੀਤਾ ਨੇ, ਸ਼ਿਫਟ ਗੱਡੀ ਦਾ ਕੀਤਾ ਨੇ ਜੀ, ਉਹ ਵੀ 22 ਲੱਖ ਦਾ ਨੁਕਸਾਨ ਹੈ ਸਾਨੂੰ। ਗੱਡੀ ਲੈ ਕੇ ਗਏ ਸੀ ਜੀ, ਉਹਦਾ ਨੁਕਸਾਨ ਸਾਨੂੰ ਮਿਲਣਾ ਚਾਹੀਦਾ। ਜਗ੍ਹਾ ਕਿੰਨਾ ਨੇ ਦਿੱਤੀ ਤੁਹਾਨੂੰ? ਡੈਡੀ ਤੁਹਾਡੇ ਦੀ ਡੈਥ ਹੋ ਗਈ, ਉੱਥੇ ਰਹਿ ਰਹੇ ਸੀ ਤੁਸੀਂ? ਹਾਂਜੀ ਉੱਥੇ ਰਹਿ ਰਹੇ ਸੀ। ਤੇ ਭਰਾਵਾਂ ਵੱਲੋਂ ਹਮਲਾ ਕੀਤਾ ਗਿਆ? ਭਰਾਵਾਂ ਨੇ ਵੀ ਕੀਤਾ। ਹੋਰ ਕੌਣ? ਸਾਰੇ ਆਪੋਜੀਸ਼ਨ ਦੇ, ਸਾਰੇ ਪਿੰਡ ਦੇ? ਹਾਂਜੀ ਸਾਰੇ ਪਿੰਡ ਦੇ, ਪਤਾ ਨਹੀਂ ਕਿੰਨੇ ਇਕੱਠੇ ਹੋ ਗਏ। ਇਕੱਠੇ ਹੋ ਗਏ।
ਪੁਲਿਸ ਵੱਲੋਂ ਕੀ ਇਨਸਾਫ ਦੀ ਉਮੀਦ ਕਰਦੇ? ਪੁਲਿਸ ਨੇ ਕੋਈ ਕੀਤੀ ਕੋਈ ਕਾਰਵਾਈ? ਕੋਈ ਕਾਰਵਾਈ ਉਹਨਾਂ ਨੇ ਕੀਤੀ ਨੀ ਪੁਲਿਸ ਨੇ ਉਹਨਾਂ ਦੇ? ਅਜੇ ਤਾਂ ਨਹੀਂ ਕੋਈ ਵੀ ਛਡਵਾਇਆ? ਕਿੰਨੇ ਤੁਹਾਨੂੰ ਪੁਲਿਸ ਨੇ? ਤੁਹਾਡੇ ਘਰ ਵਾਲੇ ਤੇ ਹੌਲਾ ਹੋਇਆ? ਹੋਰ ਕਿਤੇ ਤੇ ਹੋਇਆ? ਮੇਰਾ ਇੱਕ ਲੜਕਾ ਜੋ ਮੰਨ ਲਓ 10-12 ਸਾਲ ਹੋ ਗਏ ਨੇ ਇੱਥੇ ਰਹਿੰਦਾ ਹੈ, ਮੈਨੂੰ ਨੌ ਜਿਹੜੀ ਉਹ ਤਾਂ ਪਿਓ ਢਿੱਲਾ ਹੁੰਦਾ ਸੀ, ਤੇ ਉਹਨੂੰ ਆਪਣੇ ਘਰ ਵਿੱਚ ਦਵਾਈ ਲੈ ਗਿਆ। ਉਹ ਮੰਨ ਕੇ ਚਲੋ ਉਹ ਦਵਾਈ ਰਹਿਣ ਵਾਸਤੇ ਉਹਨੇ ਉੱਥੇ ਜਗ੍ਹਾ ਬਣਾਈ ਆਪਦੀ, ਮਤਲਬ ਉਹ ਜਗ੍ਹਾ ਜਿਹੜੀ ਉਹ ਵੀ ਇਹਨੇ ਆਪਣੇ ਭਰਾ ਕੋਲ ਖਰੀਦੀ ਹੈ, ਅਤੇ ਕੁਛ ਅਮਦਾਦ ਜਿਹੜੀ ਉਹ ਇਹਦੇ ਸਹੁਰੇ ਨੇ, ਅਤੇ ਜਿਹੜਾ ਮੁੰਡਾ ਬ੍ਰਾਹਮਣ ਸੀਗਾ ਸੀ ਕੁਛ ਉਹਦੀ ਪੈਲੀ ਵੇਚ ਕੇ, ਅਤੇ ਉਹਨਾਂ ਨੇ ਮਤਲਬ ਆਪਦੇ ਕੁਛ ਕੀਤਾ ਹੈ। ਬਾਕੀ ਇਹਨੇ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਤੇ ਇਹਨੇ ਉਹ ਕੰਮ ਆਪਦਾ ਮਕਾਨ ਖੜ੍ਹਾ ਕੀਤਾ ਹੈ, ਅਤੇ ਨਾਲ ਹੀ ਉਹਨੇ ਮੰਨ ਲਾ ਦੇ ਬੂਹੇ ਵੀ ਲਾਏ ਨੇ, ਫਿਟਿੰਗ ਵੀ ਕਰਾਈ ਨੇ, ਆਪਦੀਆਂ ਪੈਸ਼ਨ ਬਣਾਈਆਂ ਨੇ, ਅਤੇ ਬਾਕੀ ਜਿਹੜਾ ਉਹਨੇ ਹੋਰ ਸਮਾਨ ਜਿਹੜਾ ਨਹੀਂ ਕੰਮ ਦਾ ਘਰ ਦਾ ਮਤਲਬ ਜੋ ਵੀ ਉਹ ਸਾਰਾ ਕੁਛ ਉੱਥੇ ਮਤਲਬ ਉਹਨੇ ਆਪਦੇ ਰੱਖਿਆ ਹੋਇਆ ਸੀ। ਰਹਿਣ ਬਹਿਣ ਉੱਥੇ ਸੀ, ਬੱਚਿਆਂ ਦੇ ਕੱਪੜੇ ਕਿਹੜੇ ਹੋਏ ਸੀ, ਅਲਮਾਰੀ, ਕੂਲਰ, ਮਤਲਬ ਪੱਖੇ, ਸਭ ਕੁਛ ਉੱਥੇ ਸੀ। ਅਤੇ ਇਹਨਾਂ ਨੇ ਮੰਨ ਕੇ ਚਲੋ ਇਹ ਥੋੜ੍ਹੀ ਜਿਹੜੀ ਨਹੀਂ ਬਿਮਾਰ ਹੋਣ ਕਾਰਨ ਕਦੇ ਇੱਥੇ ਆ ਜਾਂਦੀ, ਕਦੇ ਉੱਥੇ ਸਾਡੇ ਸਹੁਰੇ ਕੋਲ ਸਾਡੇ ਘਰ ਦਾ ਇਹਦਾ ਇਲਾਜ ਜਿਹੜਾ ਹੈ ਮੋਗੇ ਪਹਿਲਾਂ ਕਰਵਾਇਆ, ਫਿਰ ਉਸ ਤੋਂ ਬਾਅਦ ਫਰੀਦਕੋਟ। ਉਹ ਫਰੀਦਕੋਟ ਕਰਾਉਣ ਦੇ ਬਾਵਜੂਦ ਇਹਨੇ ਸ਼ੈਲ ਖਤਮ ਹੋ ਗਈ ਸੀ, ਇਹਨੂੰ ਜਾਨੋ ਮਾਨ ਦਾ ਮਤਲਬ ਆਪਦੀ ਹੋਸ਼ ਨਹੀਂ ਗਈ। ਅਸੀਂ ਮੰਨ ਕੇ ਚਲੋ ਇਹਨੂੰ ਉਹਦੇ ਇਲਾਜ ਕਰਵਾਉਣ ਦੇ ਮਹਾਂ ਬਚਾਇਆ, ਉਹਦੀ ਜ਼ਿੰਦਗੀ ਦੀ ਬਾਜਾ ਵਿਚਾਰਾ ਬੱਚਿਆਂ ਦੀ ਸੇਫਟੀ ਹੋਵੇ, ਜਿਹਦਾ ਮਤਲਬ ਬੱਚਿਆਂ ਦੀ ਸੇਫਟੀ ਦੇ ਬਾਵਜੂਦ ਵੀ ਇਹਨਾਂ ਦੇ ਮਤਲਬ ਨਹੀਂ ਇਹ ਰੋਟੀ ਪਾਣੀ ਬਣਾ ਸਕਦੀ, ਇਹ ਫਿਰ ਸਾਡੇ ਕੋਲ ਕਦੇ ਆ ਜਾਂਦੀ ਸੀ, ਕਦੇ ਉੱਥੇ ਬੱਚਿਆਂ ਕੋਲ ਉੱਥੇ ਚਲੇ ਜਾਂਦੇ। ਬੱਚੇ ਜਿਹੜੇ ਨੇ ਇਹ ਮੰਨ ਕੇ ਚਲੋ ਕਾਫੀ ਚਿਰ ਦੇ ਨੇ, 2-2.5 ਸਾਲ ਹੋ ਗਏ ਨੇ ਬਿਮਾਰ ਚੱਲਦੇ ਨੇ, ਬਿਮਾਰ ਚੱਲਦਾ ਹੈ, ਅਸੀਂ ਪੰਦਰਾਂ ਦਿਨ ਜਿਹੜੀ ਦਵਾਈ ਜਿਹੜੀ ਅਸੀਂ ਮੈਡੀਕਲ ਤੋਂ ਲਿਆਉਂਦੇ ਹਾਂ। ਜਿਹੜਾ ਘਰ ਵਾਲਾ ਹੈ ਜਿਹੜਾ ਮਿਹਨਤ ਮਜ਼ਦੂਰੀ ਗੱਡੀ ਚਲਾਉਂਦਾ ਹੈ, ਉਹ ਬਾਹਰ ਚਲਾ ਜਾਂਦਾ ਹੈ, ਉਹ ਕਦੇ 15-20 ਦਿਨਾਂ ਬਾਅਦ ਆਉਂਦੇ ਨੇ। ਉਹ ਜਦੋਂ ਆਉਂਦਾ ਹੈ ਉਹ ਆਪਣੇ ਘਰ ਗੱਡੀ ਲੈ ਕੇ ਜਾਂਦਾ ਹੈ, ਪਹਿਲਾਂ ਵੀ ਜਾਂਦਾ ਆਉਂਦਾ ਰਿਹਾ। ਉਸ ਤੋਂ ਬਾਅਦ ਮੰਨ ਕੇ ਚਲੋ ਵੀ ਇਹ ਮੰਨ ਕੇ ਚਲੋ ਅੱਜ ਇਹ ਛੁੱਟੀ ਦਿੱਲੀ ਹੋ ਗਈ, ਇੱਥੇ ਰਹਿੰਦੀ ਸੀ। ਇਹਨਾਂ ਨੇ ਪਹਿਲਾਂ ਵੀ ਅੱਗੇ ਸਮਾਨ ਜਿਹੜਾ ਹੈ ਪੁਲਿਸ ਨੂੰ ਹੀ ਮਤਲਬ ਵੀ ਮੈਸੇਜ ਦਿੱਤਾ ਹੈ, ਅਸੀਂ ਦਰਖਾਸਤੀਆਂ ਦਿੱਤੀਆਂ ਹੋਈਆਂ ਨੇ, ਅਤੇ ਜਿਹੜੀ ਪਹਿਲੀਆਂ ਦਰਖਾਸਤਾਂ ਦਿੱਤੀਆਂ ਨੇ ਉਹ ਦਰਖਾਸਤਾਂ ਨੂੰ ਸਾਡੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਆਸੀ ਪਾਰਟੀ ਦੇ ਦਬਾਅ ਵਾਸਤੇ। ਸਾਡਾ ਮੰਨ ਕੇ ਚਲੋ ਕੋਈ ਵੀ ਇਨਸਾਫ ਨਹੀਂ ਹੋਇਆ, ਅਤੇ ਅਸੀਂ ਮੰਨ ਕੇ ਚਲੋ ਬਣਿਆ ਵਾਲੇ ਇਹਨਾਂ ਨੂੰ ਮਿੰਟ ਮਸਾਜੀ ਕੀਤੀ, ਆਉਂਦੇ ਜਾਂਦੇ ਭੈਣ ਭਾਈ ਆਉਂਦੇ ਸਨ, ਜਿਹੜੇ ਇਹਨਾਂ ਦੇ ਜਿਹੜੇ ਭਰਾ ਨੇ ਅਤੇ ਭਤੀਜੇ ਨੇ, ਇਹਨਾਂ ਨੇ ਸਾਡੇ ਕੱਲ੍ਹ ਪੈਣ ਤੱਕ ਜਾਂਦੇ ਸੀ, ਸਾਨੂੰ ਨਾ ਕੋਈ ਨਿਆਣ ਦਿੱਤਾ। ਅਸੀਂ ਕਈ ਦਫ਼ਾ ਇੱਥੇ ਪੰਚਾਇਤਾਂ ਇਕੱਠੀਆਂ ਵੀ ਹੋਈਆਂ ਨੇ, ਉਹਨਾਂ ਪੰਚਾਇਤਾਂ ਵਿੱਚ ਸਾਨੂੰ ਇਹਨਾਂ ਨੇ ਮਤਲਬ ਕੋਈ ਨਿਆਣ ਨਹੀਂ ਦਿੱਤਾ। ਫਿਰ ਬਾਅਦ ਵਿੱਚ ਇਹ ਆਪਦਾ ਜੇਰਾ ਕਰਕੇ ਸਾਡੇ ਘਰ ਬਹਿ ਗਈ ਹੈ, ਅਤੇ ਬੱਚੇ ਦੇ ਆਪਦੇ ਘਰ ਬੈਠੇ ਨੇ। ਬਣਨ ਤੋਂ ਬਾਵਜੂਦ ਇਹਨਾਂ ਨੇ ਫਿਰ ਬਾਅਦ ਅਸੀਂ ਬਿਮਾਰ ਹੋ ਗਈ ਸੀ, ਇਹਨੇ ਫੋਨ ਕੀਤਾ, ਜਿਹੜਾ ਮੇਰਾ ਲੜਕਾ ਹੈ ਉਹ ਗੱਡੀ ਲੈ ਕੇ ਆਇਆ, ਉਹ ਆ ਕੇ ਗੱਡੀ ਉਹਨੇ ਖੱਲੀ ਹੈ,
ਤੇ ਉਸ ਤੋਂ ਬਾਅਦ ਉਹ ਲੇਟ ਪਹੁੰਚਿਆ, ਅਸੀਂ ਪਹਿਲਾਂ ਪਹੁੰਚ ਗਏ। ਜਦੋਂ ਅਸੀਂ ਆਏ ਹਾਂ ਮਤਲਬ ਸਾਨੂੰ ਪਤਾ ਲੱਗਿਆ ਵੀ ਇਹ ਮਤਲਬ ਕਿ ਬੀ ਐਸ ਐਫ ਜੀ ਮੇਰੇ ਨਾਲ ਮੇਰੇ ਭੈਣ ਭਾਈ ਹੈਗੇ ਸੀ, ਗੱਡੀ ਵੀ ਲੈਂਦੀ ਮੰਗਣੀ ਲੈ ਗਈ, ਉਹ ਅਸੀਂ ਗੱਡੀ ਮੰਗਣੀ ਲਿਆ ਕੇ ਅਸੀਂ ਚੱਲੇ ਗਏ ਤਾਂ ਮਤਲਬ ਦੇਖਭਾਲ ਕਰਨ ਵਾਸਤੇ ਗਏ ਹਾਂ ਅਤੇ ਇਹ ਸਾਨੂੰ ਉਹਦੇ ਉੱਤੇ ਇੱਟਾਂ ਮਾਰ ਲੱਗ ਪਏ ਅਤੇ ਸਾਡਾ ਮਤਲਬ ਇਹਨਾਂ ਨੇ ਇੱਥੇ ਧਾਰਾਂ ਲਾਏ ਗਏ, ਕੋਈ ਨੇ ਕੋਈ ਛੱਬਲ ਮਾਰਨ ਲੱਗ ਪਿਆ, ਕੋਈ ਇੱਟਾਂ ਮਾਰਨ ਲੱਗ ਪਿਆ, ਕੋਈ ਸਾਨੂੰ ਡੰਡੇ ਮਾਰੇ ਨੇ, ਕਿਸੇ ਟਰਪਾਣਾਂ ਮਾਰੀਆਂ ਨੇ, ਛੱਤਾਂ 'ਤੇ ਵੀ ਚੜੇ ਛੱਤਾਂ 'ਤੇ ਵੀ ਚੜੇ ਰਹੇ ਜੀ। ਅਤੇ ਸਾਨੂੰ ਵੇਖ ਲਓ, ਤੁਸੀਂ ਵੀਡੀਓ ਵੇਖ ਲਓ, ਚੈੱਕ ਕਰ ਲਓ ਵੀ ਇਹ ਸਾਨੂੰ ਅਸੀਂ ਆਪਦੀ ਜਾਨ ਮਾਰਨ ਵਾਸਤੇ ਸਾਡੇ ਬਹੁਤ ਜ਼ਰੀਆਂ ਸੱਟਾਂ ਲੱਗੀਆਂ ਨੇ, ਅਤੇ ਜਿਹੜੇ ਸਾਡੇ ਨਾਲ ਕੋਈ ਭੈਣ ਭਾਈ ਗਿਆ ਹੈ ਧਰਤੀ ਵਾਸਤੇ, ਉਹਨਾਂ ਨੂੰ ਪੁਲਿਸ ਨੇ ਆਪਦੀ ਹਿਰਾਸਤ 'ਚ ਲੈ ਕੇ ਅਤੇ ਉਹਨਾਂ 'ਤੇ 452 ਲਾ ਦਿੱਤੀ ਹੈ। ਅਤੇ ਸਾਡੇ ਸਾਡੀ ਮੰਨ ਕੇ ਚਲੋ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ, ਅਸੀਂ ਮਿਹਰਬਾਨੀ ਕਰਕੇ ਸਾਨੂੰ ਇਨਸਾਫ਼ ਦਿੱਤਾ ਜਾਵੇ ਕਿ ਮੇਰੇ ਬੱਚੇ ਸਾਡੀ ਜਿਹੜੀ ਸਾਡੀ ਗੱਡੀ ਹੈ ਸਾਡੀ ਕਾਰ ਹੈ ਅਤੇ ਸਾਡਾ 17-18 ਲੱਖ ਦਾ ਸਾਡਾ ਨੁਕਸਾਨ ਹੈ ਜਿਹੜਾ ਭੰਨ ਤੋੜ ਦਿੱਤਾ ਹੈ, ਉਹ ਬੰਦੇ ਜਿਹੜੇ ਗੁੰਡੇ ਨੇ ਲਿਆਉਂਦੇ ਨੇ ਨਾ ਉਹਨਾਂ ਦਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਸਾਡਾ ਨੁਕਸਾਨ ਦਾ ਉਹ ਜ਼ਿੰਮੇਵਾਰ ਹੋਣਗੇ ਘਰ ਵਾਲੇ, ਜਿਹੜੇ ਬੰਦਿਆਂ ਨੇ ਉਹਨਾਂ ਦੇ ਖਿਲਾਫ਼ ਪਰਚਾ ਕੀਤਾ ਜਾਵੇ। ਸਾਨੂੰ ਮਿਹਰਬਾਨੀ ਕਰਕੇ ਸਾਡੀ ਬੜੀ ਹਰਾਸਮੈਂਟ ਹੋਈ ਹੈ, ਸਾਨੂੰ ਇਹਨਾਂ ਸਾਰਾ ਪਿੰਡ ਜਿਹੜਾ ਇਕੱਠਾ ਹੋ ਕੇ ਸਾਨੂੰ 4 ਦੋਰੇ ਮਲ ਲਿਆ ਨੇ, ਜਿਹੜੇ ਅਸੀਂ ਪੁਲਿਸ ਨੂੰ ਫੋਨ ਕੀਤਾ ਸਾਡੀ ਜਾਨ ਦਾ ਖਤਰਾ ਹੈ, ਫਿਰ ਉਸ ਤੋਂ ਬਾਅਦ ਸਾਨੂੰ ਪੁਲਿਸ ਯੋਗੇ ਵਾਲੀ ਵੀ ਆਈ ਹੈ, ਲੋਕ ਥਾਣਾ ਵੀ ਆਈ ਹੈ, DSP ਜੀ ਦਾ ਵੀ ਸਾਨੂੰ ਉਹਨਾਂ ਨੇ ਮਤਲਬ ਸਾਨੂੰ ਜਾਨੋ ਮਨ ਨੁਕਸਾਨ ਤੋਂ ਸਾਨੂੰ ਕੱਢ ਕੇ ਘੇਰੇ 'ਚੋਂ ਸਾਨੂੰ ਆਪਦੀ ਰਾਸਤ ਦੇ ਦਿੱਤੀ। ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ, ਹਾਂ ਉਹਨਾਂ ਦੀ ਬਿਲਕੁਲ ਸਭ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜਾ ਸਾਡਾ ਨੁਕਸਾਨ ਹੋਇਆ ਉਹ ਵੀ ਸਾਨੂੰ ਦਵਾਇਆ ਜਾਵੇ, ਜਿਹੜਾ ਇਹਨਾਂ ਦੇ ਖਿਲਾਫ਼ ਕਾਰਵਾਈ ਹੁੰਦੀ ਹੈ ਉਹ ਵੀ ਇਹਨਾਂ ਨੇ ਸਾਡੇ 'ਤੇ ਜਿਹੜਾ ਵੀ ਧੱਕਾ ਕੀਤਾ ਹੈ, ਇਹਨਾਂ ਦੇ ਖਿਲਾਫ਼ ਸਾਡੀ ਜਗ੍ਹਾ 'ਤੇ ਜਿਹੜਾ ਕਬਜ਼ਾ ਕੀਤਾ ਹੈ, ਉਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹ ਇਨਸਾਫ਼ ਕਰਕੇ ਸਾਨੂੰ ਵਾਪਸ ਕਰ, ਜਿਹੜਾ ਮੰਨ ਲਓ ਸਾਡਾ ਸ਼ੀਸ਼ੇ ਵੀ ਬੂਹੇ ਵੀ ਸਾਡੇ ਜਾ ਕੇ ਮੌਕੇ 'ਤੇ ਕੋਈ ਵੀ ਜਾ ਕੇ ਵੇਖ ਸਕਦਾ ਹੈ ਵੀ ਜੋ ਸਾਡਾ ਨੁਕਸਾਨ ਹੋਇਆ, ਮਿਹਰਬਾਨੀ ਕਰਕੇ ਸਾਨੂੰ ਪਿੰਡ ਦੀ ਜਲਦ ਤੋਂ ਜਲਦ ਜਿਹੜਾ ਸੰਸਵਾਬ ਦਵਾਇਆ ਘਟਨਾ ਕੋਈ ਹੋ ਵੀ ਗਈ, ਇਹ ਜਿਹੜੇ ਇਹਨਾਂ ਦੇ ਮੁਖੀ ਕਿੰਨੇ ਬੰਦੇ ਨੇ ਉਹਨਾਂ ਦੇ ਖਿਲਾਫ਼ ਪਹਿਲਾਂ ਵੀ ਅਸੀਂ ਅਪੀਲ ਕੀਤੀ ਵੀ ਪੁਲਿਸ ਉਹਨਾਂ ਦੇ ਜਿਹੜੇ ਬੰਦੇ ਕੀਤੇ ਨੇ ਅਤੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਦੋ ਬੰਦੇ ਜਿਹੜੇ ਨੇ ਉਹ ਬੰਦੇ ਨਾਂ ਹੈ ਗੁਰਦਾ ਸਿੰਘ, ਪਿਓ ਦਾ ਨਾਂ ਹੈ ਛਾਤਾ, ਇੱਕ ਦਾ ਨਾਂ ਹੈਗਾ ਰੇਸ਼ਮ ਸਿੰਘ, ਪਿਓ ਦਾ ਨਾਂ ਹੈ ਬਲਵੰਤ ਸਿੰਘ। ਇਹਨਾਂ ਦੀ ਸਾਹ 'ਤੇ ਸਾਡਾ ਨੁਕਸਾਨ ਜਿਹੜਾ ਕੀਤਾ ਇਹ ਹੈਗੇ ਨੇ ਇਸ਼ਾਰੇ 'ਤੇ, ਇਹਨਾਂ ਨੇ ਆਖਿਆ ਮਾਰ ਲਓ ਇਹਨਾਂ ਨੂੰ ਜਾਣ ਨਹੀਂ ਦੇਣਾ, ਇਹਨਾਂ ਨੇ ਸਾਡੀ ਜਾਨੀ ਮਾਨੀ ਦਾ ਨੁਕਸਾਨ ਉਹ ਕਰਾਇਆ ਇਹਨਾਂ ਨੇ ਕਰਵਾਇਆ। ਇੱਕ ਕਾਲਾ ਸਿੰਘ ਨੰਬਰ ਹੈ, ਉਹ ਬੰਦੇ ਨੇ ਵੀ ਆਪ ਖੁਦ ਆ ਕੇ ਸਾਡੇ ਛੱਤਾਂ ਮਾਰੀਆਂ, ਅਜੇ ਬਾਕੀ ਜਿਹੜੇ ਬੰਦੇ ਨੇ ਪੰਚਾਇਤ ਦੇ ਜਿਹੜੇ ਮਣੇ ਚੁਣੇ ਬੰਦੇ ਨੇ ਇਹ ਕੋਠਿਆਂ 'ਤੇ ਚੜ੍ਹ ਚੜ੍ਹ ਕੇ ਵੇਖੇ ਨੇ, ਸਾਨੂੰ ਕੋਈ ਕਿਸੇ ਨੇ ਬਚਾਇਆ ਨਹੀਂ, ਸਾਨੂੰ ਉਲਟਾ ਇਹਨਾਂ ਨੇ ਸਾਡੇ ਘਰ ਦੇ ਵਿੱਚ ਸਾਰੀ ਮਨ ਤੋੜ ਕਰਕੇ ਸਾਡੇ ਬਹੁਤ ਨੁਕਸਾਨ ਕੀਤਾ। ਕਿਰਪਾ ਕਰਕੇ ਸਾਡੀ ਮਿਹਰਬਾਨੀ ਕਰਦੇ ਪੁਲਿਸ ਪ੍ਰਸ਼ਾਸਨ ਮਹਿਕਮੇ ਨੂੰ ਕੋਰਟ ਨੂੰ ਬੇਨਤੀ ਕੀਤੀ ਜਾਵੇ ਕਿ ਸਾਡੇ 'ਤੇ ਕੋਈ ਗਲਤ ਕਾਰਵਾਈ ਨਾ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦੇਣਾ। ਪਿੰਡ ਸ਼੍ਰੀਮਾਨ ਵਿਖੇ ਸੋਨਾ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਜੋ ਕਿ ਆਪਸ ਵਿੱਚ ਰਿਸ਼ਤੇਦਾਰ ਨੇ, ਦਾ ਆਪਸ ਵਿੱਚ ਘਰ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ, ਜੋ ਦੋਨੋਂ ਤਰ੍ਹਾਂ ਦੇ ਝੜਪ ਦੇ ਵਿੱਚ ਕਾਫੀ ਇੱਟਾਂ ਰੋੜੇ ਚੱਲੇ, ਦੋਨਾਂ ਪਾਸਿਆਂ ਤੋਂ 3-3 ਵਿਅਕਤੀ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ ਅੱਜ ਬਲਵਿੰਦਰ ਸਿੰਘ, ਬਲਕਾਰ ਸਿੰਘ ਅਤੇ ਉਹਨਾਂ ਦੇ ਬੇਟੇ ਇੱਥੇ ਦਾਖਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ, ਜਿਹਦੇ ਅਸੀਂ ਬਿਆਨ ਲੈ ਰਹੇ ਹਾਂ। ਪਹਿਲਾਂ ਹੀ
ਦੂਸਰੀ ਪਾਰਟੀ ਵੱਲੋਂ ਮੁਕਾਬਲਾ ਨੰਬਰ 29 ਲਿਖੀ 3424 ਅੰਡਰ ਸੈਕਸ਼ਨ 452 323 148 149 448 ਆਈ ਪੀ ਸੀ ਤਹਿਤ ਦਰਜ ਹੋ ਚੁੱਕੀ ਹੈ। ਅੱਜ ਇਹਨਾਂ ਦੇ ਬਿਆਨ 'ਤੇ ਉਸੇ ਮੁਕਾਬਲੇ ਦੇ ਵਿੱਚ ਕ੍ਰੋਸ ਕੇਸ ਦਰਜ ਕੀਤਾ ਜਾ ਰਿਹਾ। ਅਤੇ ਕਿੰਨੇ ਦੋਸ਼ੀ ਸਰ ਅਰੈਸਟ ਪਾਈ ਹੈ? ਕਿਸੇ 7 ਦੋਸ਼ੀ ਅਰੈਸਟ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਅਤੇ ਕੀ ਉੱਥੇ ਇੰਨਾ ਜ਼ਿਆਦਾ ਮਾਮਲਾ ਭੱਗ ਗਿਆ ਹੈਗਾ? ਪੁਲਿਸ ਦਾ ਵੀ ਹੱਥ ਬਾਹਰ ਹੋ ਗਿਆ? ਹਾਂ, ਕਾਫੀ ਪਿੰਡ ਵਾਸੀ ਇਕੱਠੇ ਹੋ ਗਏ ਸੀ, ਕਾਫੀ ਭੜਕੇ ਹੋਏ ਸੀ, ਜਿਹਨਾਂ ਨੂੰ ਮੌਕੇ 'ਤੇ ਜਾ ਕੇ ਸ਼ਾਂਤ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਿਹੜੀ ਬਣੇਗੀ ਉਹਦੇ ਮੁਤਾਬਕ।